ਅਧੀ ਸੇ ਪਾਕ ਅੰਦਰ ਆਉਂਦਾ ਹੈ ਸੁਣਨ ਦਾਰਮੀ ਦੀ ਰਵਾਇਤ ਏ ਸੁਣਨ ਦਾਰਮੀ ਦੀ ਹਸਨ ਰਵਾਇਤ ਏ ਅੱਲਾ ਅੱਲਾ ਸੈਯਦਨਾ ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਅਨਹੋ ਉਹਨਾਂ ਦੇ ਘਰ ਦੇ ਸਾਹਮਣੇ ਉਹਨਾਂ ਦੇ ਸ਼ਾਗਿਰਦ ਹਜ਼ਰਤ ਅਮਰ ਬਿਨ ਸਾਲਿਮਾ ਅਲ ਹਮਦਾਨੀ ਰਹਿਮਤੁੱਲਾ ਲੈ ਬੈਠੇ ਹੋਏ ਨੇ ਨਮਾਜ਼ ਫਜਰ ਵਾਸਤੇ ਜਾਣਾ ਹੈ ਇੰਤਜ਼ਾਰ ਪੈ ਕਰਦੇ ਨੇ ਨਬੀ ਪਾਕ ਦੇ ਸਹਾਬੀ ਦਾ ਸਹਾਬੀ ਬਾਹਰ ਆਣਗੇ ਰਲ ਕੇ ਫਜਰ ਦੀ ਨਮਾਜ਼ ਪੜ੍ਹਨ ਜਾਵਾਂਗੇ ਹਜੇ ਥੋੜ੍ਹੀ ਦੇਰ ਗੁਜ਼ਰੀਏ ਨਬੀ ਪਾਕ ਦੇ ਦੂਸਰੇ ਸਹਾਬੀ ਆ ਗਏ ਸੈਯਦਨਾ ਹਜ਼ਰਤ ਜਨਾਬ ਅਬੂ ਮੂਸਾ ਅਸ਼ਾਰੀ ਰਜ਼ੀ ਅੱਲਾਹੁ ਤਾਲਾ ਤਸ਼ਰੀਫ ਲੈ ਕਰਕੇ ਕਾਰੀ ਸਾਹਿਬ ਨੂੰ ਮੈਂ ਆਖਿਆ ਵੀ ਸੀ ਕਿੱਥੇ ਗਏ ਕਾਰੀ ਅੱਲਾ ਅੱਲਾ ਤਵੱਜੋ ਕਰਨਾ ਹਜ਼ਰਾਤ ਦੀ ਵਕਾਰ ਗੌਰ ਕਰਨਾ ਤਵੱਜੋ ਮੇਰੇ ਹੱਲ ਅੱਲਾ ਅੱਲਾ ਤਵੱਜੋ ਕਰਨਾ ਹਜ਼ਰਾਤ ਦੀ ਵਕਾਰ ਗੌਰ ਕਰਦੇ ਜਾਣਾ ਦਰਾ ਸੈਯਦਨਾ ਹਜ਼ਰਤ ਅਬੂ ਮੂਸਾ ਅਸ਼ਰੀ ਰਜ਼ੀ ਅੱਲਾਹੁ ਤਾਲਾ ਨਾ ਗਏ ਇੰਨੀ ਦੇਰ ਨੂੰ ਹਜ਼ਰਤ ਅਬਦੁੱਲਾ ਬਿਨ ਮਸੂਦ ਵੀ ਆ ਗਏ ਫਰਮਾਉਂਦੇ ਨੇ ਐ ਨਬੀ ਪਾਕ ਦੇ ਸਹਾਬੀ ਇਬਨੇ ਮਸੂਦ ਜੀ ਮੈਂ ਮਸਜਿਦ ਵਿੱਚੋਂ ਆਇਆ ਵਾਂ ਅਤੇ ਮੈਂ ਮਸਜਿਦ ਵਿੱਚ ਲੋਕਾਂ ਨੂੰ ਅੱਲਾ ਦੇ ਜ਼ਿਕਰ ਕਰਮ ਦੇ ਕਿੰਜ ਦੇ ਤਰੀਕੇ ਨੂੰ ਵੇਖ ਕੇ ਆਇਆ ਵਾਂ ਜਿਹੜਾ ਮੈਨੂੰ ਚੰਗਾ ਨਹੀਂ ਲੱਗਾ ਮੈਨੂੰ ਨਬੀ ਪਾਕ ਦੀ ਜ਼ਿੰਦਗੀ 'ਚੋਂ ਨਜ਼ਰ ਨਹੀਂ ਆਇਆ ਹਜ਼ਰਤ ਅਬਦੁੱਲਾ ਬਿਨ ਮਸੂਦ ਫਰਮਾਉਂਦੇ ਨੇ ਸਹਾਬੀ ਰਸੂਲ ਜੀ ਤੁਸੀਂ ਕੀ ਤਰੀਕਾ ਵੇਖਿਆ ਨਬੀ ਪਾਕ ਅਲੈਹਿ ਸਲਾਮ ਦੀ ਮਸਜਿਦ ਦੇ ਅੰਦਰ ਫਰਮਾਉਂਦੇ ਨੇ ਮੈਂ ਵੇਖਿਆ ਏ ਇਹ ਤਰੀਕਾ ਜ਼ਰਾ ਗੌਰ ਨਾਲ ਸੁਣਿਆ ਜੇ ਅਤੇ ਸੋਚਿਆ ਜੇ ਜ਼ਰਾ ਭਲਾ ਅੱਜ ਤਾਂ ਨਹੀਂ ਕਿਤੇ ਇਹ ਤਰੀਕਾ ਚੱਲਦਾ ਪਿਆ ਸੋਚਿਆ ਜੇ ਜ਼ਰਾ ਅਤੇ ਜੇ ਚੱਲਦਾ ਪਿਆ ਤਾਂ ਵੇਖਿਆ ਜੇ ਕਿੱਧਰ ਕਿਹੜੇ ਪਾਸੇ ਚੱਲਦਾ ਪਿਆ ਅੱਲਾ ਅੱਲਾ ਮੈਂ ਕੁਰਬਾਨ ਦਾਵਾਂ ਫਰਮਾਇਆ ਮੈਂ ਮਸਜਿਦ ਨਬਵੀ ਵਿੱਚ ਗਿਆ ਵਾਂ ਮੈਂ ਵੇਖਿਆ ਇਹ ਕਿ ਚੰਦ ਲੋਕ ਬੈਠੇ ਨੇ ਉਹਨਾਂ ਦੇ ਅੱਗੇ ਕੈਂਕਰੀਆਂ ਪਈਆਂ ਹੋਈਆਂ ਨੇ ਉਹਨਾਂ ਅੱਗੇ ਪੱਥਰ ਦੀਆਂ ਨਿੱਕੀਆਂ ਨਿੱਕੀਆਂ ਕੈਂਕਰੀਆਂ ਪਈਆਂ ਨੇ ਕੀ ਮਸਲਾ ਹੈ ਉਹਨਾਂ ਦੇ ਅੱਗੇ ਪੱਥਰ ਦੀਆਂ ਕੈਂਕਰੀਆਂ ਪਈਆਂ ਹੋਈਆਂ ਨੇ ਅੱਲਾ ਅੱਲਾ ਮੈਂ ਕੁਰਬਾਨ ਦਾਵਾਂ ਇੱਕ ਬੰਦਾ ਬੈਠਾ ਆ ਏ ਉਹ ਕਹਿੰਦਾ 100 ਵਾਰੀ ਪੜ੍ਹੋ ਅਲਹਮਦੁਲਿਲਾ ਉਂਝ ਕਰਕੇ ਕੈਂਕਰੀਆਂ ਗਿਣੀ ਜਾਂਦੇ ਨੇ ਅਲਹਮਦੁਲਿਲਾ 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 ਫਿਰ ਉਹ ਬੰਦਾ ਕਹਿੰਦਾ 100 ਵਾਰੀ ਪੜ੍ਹੋ ਅੱਲਾਹੁ ਅਕਬਰ ਉਹ ਫਿਰ ਕੈਂਕਰੀਆਂ ਚੁੱਕਦੇ ਨੇ ਕਹਿੰਦੇ ਨੇ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ ਫਿਰ ਉਹ ਕਹਿੰਦਾ 100 ਵਾਰੀ ਕਹੋ ਲਾ ਇਲਾਹਾ ਇਲੱਲਾ ਉਹ ਫਿਰ ਕੈਂਕਰੀਆਂ ਫੜਦੇ ਨੇ ਅਤੇ ਕਹਿੰਦੇ ਨੇ ਲਾ ਇਲਾਹਾ ਇਲੱਲਾ ਲਾ ਇਲਾਹਾ ਇਲੱਲਾ ਲਾ ਇਲਾਹਾ ਇਲੱਲਾ ਹਜ਼ਰਤ ਅਬੂ ਮੂਸਾ ਸ਼ਰੀਫ ਫਰਮਾਉਂਦੇ ਨੇ ਇਹ ਤਰੀਕਾ ਮੈਨੂੰ ਨਬੀ ਪਾਕ ਦੀ ਜ਼ਿੰਦਗੀ 'ਚੋਂ ਨਜ਼ਰ ਨਹੀਂ ਆਉਂਦਾ ਮੇਰੇ ਖਿਆਲ ਕੋਈ ਜ਼ਿਹਨ 'ਚ ਆਇਆ ਜੇ ਵੀ ਅੱਜ ਕੱਲ੍ਹ ਇੰਝ ਕਿੱਥੇ ਹੁੰਦਾ ਹੈ ਆਇਆ ਜੇ ਕਿ ਨਹੀਂ ਆਇਆ ਅੱਲਾ ਅੱਲਾ ਆ ਗਿਆ ਤਾਂ ਬੜੀ ਚੰਗੀ ਗੱਲ ਹੈ ਜੇ ਆ ਗਿਆ ਅੱਲਾ ਅੱਲਾ ਮੁਝੇ ਤੋ ਇਹ ਰਸੂਲ ਅੱਲਾ ਕੀ ਜ਼ਿੰਦਗੀ ਸੇ ਨਜ਼ਰ ਨਹੀਂ ਆਇਆ ਹਜ਼ਰਤ ਅਬਦੁੱਲਾ ਬਿਨ ਮਸੂਦ ਫਰਮਾਉਂਦੇ ਨੇ ਆਓ ਚਲੀਏ ਮਸੀਤੇ ਗਏ ਮਸਜਿਦ ਨਬੀ ਕੀ ਬਾਤ ਹੈ ਅੱਲਾ ਅੱਲਾ ਮੈਂ ਗੁਰਬਾਨ ਦਾਵਾਂ ਵੇਖਿਆ ਵਾਕਈ ਇੱਕ ਬੰਦਾ ਬੈਠਾ ਉਹ ਲੋਕਾਂ ਨੂੰ ਕਹੀ ਜਾ ਰਿਹਾ ਹੈ 100 ਵਾਰੀ ਸੁਬਾਨ ਅੱਲਾ ਪੜ੍ਹੋ 100 ਵਾਰੀ ਅੱਲਾ ਅਕਬਰ ਪੜ੍ਹੋ ਉਹ ਕੈਂਕਰੀਆਂ ਰੱਖੀ ਜਾਂਦੇ ਨੇ ਅਤੇ ਪੜ੍ਹੀ ਜਾਂਦੇ ਨੇ ਰੱਖੀ ਜਾਂਦੇ ਨੇ ਅਤੇ ਪੜ੍ਹੀ ਜਾਂਦੇ ਨੇ ਹਜ਼ਰਤ ਅਬਦੁੱਲਾ ਬਿਨ ਮਸੂਦ ਉਹਨਾਂ ਦੇ ਵਿੱਚ ਖਲੋ ਕੇ ਫਰਮਾਉਂਦੇ ਨੇ ਉਹ ਗੱਲ ਸੁਣੋ ਬੇਲੀਓ ਯਾ ਤਾਂ ਤੁਸੀਂ ਨਬੀ ਪਾਕ ਤੋਂ ਵੀ ਚੰਗਾ ਕੰਮ ਪੈ ਕਰਦੇ ਜੇ ਅਤੇ ਯਾ ਤੁਸੀਂ ਗੁੰਮਰਾਹੀ ਦਾ ਰਸਤਾ ਪੈ ਖੋਲਦੇ ਜੇ ਯਾ ਤੁਸੀਂ ਗੁੰਮਰਾਹੀ ਦਾ ਰਸਤਾ ਪੈ ਖੋਲਦੇ ਜੇ ਅੱਲਾ ਦੇ ਪੈਗੰਬਰ ਕੋਲ ਤਰੀਕਾ ਨਹੀਂ ਮਿਲਿਆ ਅਤੇ ਨਾਲ ਹਜ਼ਰਤ ਅਬਦੁੱਲਾ ਬਿਨ ਮਸੂਦ ਫਰਮਾਉਂਦੇ ਨੇ ਹਜੇ ਤਾਂ ਮੇਰੇ ਨਬੀ ਦਿਓ ਬਰਤਨ ਵੀ ਮੌਜੂਦ ਨੇ ਜਿਨ੍ਹਾਂ ਬਰਤਨਾਂ ਵਿੱਚ ਮਹਬੂਬ ਖਾਣਾ ਖਾਇਆ ਕਰਦੇ ਸਨ ਹਜੇ ਤਾਂ ਆਪਦੇ ਕੱਪੜੇ ਲਿਬਾਸ ਮੁਬਾਰਕ ਵੀ ਮੌਜੂਦ ਏ ਜੋ ਲਿਬਾਸ ਆ ਪਹਿਨਿਆ ਕਰ ਦੇ ਸਨ ਹਜੇ ਤੇ ਅੱਲਾ ਦੇ ਨਬੀ ਦੇ ਕਈ ਸਹਾਬੀ ਵੀ ਮੌਜੂਦ ਨੇ ਤੁਸੀਂ ਹੁਣੇ ਨਾਲ ਹੀ ਦੀਨ ਬਦਲਣ ਲੱਗ ਪਏ ਹੋ ਤੁਸੀਂ ਹੁਣੇ ਨਾਲ ਹੀ ਨਵੇਂ ਤਰੀਕੇ ਕੱਢਣ ਲੱਗ ਪਏ ਹੋ ਅੱਲਾ ਅੱਲਾ ਮੈਂ ਕੁਰਬਾਨ ਜਾਵਾਂ ਅਤੇ ਨਾਲ ਫਰ ਉਹ ਪਤਾ ਹੀ ਕਹਿੰਦੇ ਨੇ ਉਹ ਕਹਿੰਦੇ ਨੇ ਨਬੀ ਪਾਕ ਦੇ ਸਹਾਬੀ ਜੀ ਅਸੀਂ ਤਾਂ ਅੱਲਾ ਦਾ ਜ਼ਿਕਰ ਹੀ ਪੈ ਕਰਨੇ ਹਾਂ ਅਸੀਂ ਤਾਂ ਅੱਲਾ ਪਾਕ ਨੂੰ ਯਾਦ ਪੈ ਕਰਨੇ ਹਾਂ ਫਰਮਾਇਆ
बड़े बड़े बंदे नेकी करना चाहते ने पर नेकी नू पहुंच नहीं सकते। ते नाल फरमाया अल्लाह दे पैगंबर दी हदीस है, नबी पाक ने फरमाया है इंज दे लोग मेरी उम्मत विच आणगे जड़े कुरान पढ़न गए, कुरान अल्लाह दा जिक्र है, जिक्र करन गए लेकिन उन्हां दे हलकां तो जिक्र नीचे नहीं उतरेगा। तस्बियां उत्तों उत्तों, तहलीलां उत्तों उत्तों, जलियां उत्तों उत्तों, विरद उत्तों उत्तों, वज़ाइफ उत्तों उत्तों, तलावतां उत्तों उत्तों करनगे, हलक तो थले कुरान नहीं उतरेगा। ते फरमाया मैनू लगता है तुहाडे विचों ही लोग होणगे। हजरत अब्दुल्ला बिन मसूद ने उन्होंने आखिया मैनू लगता है वह तुहाडे विचों ही होणगे। ताबी बयान करदा जिहदा नाम है हज़रत अमर बिन सलेमा अल हमदानी रहमतुल्लाह अलैह, फरमाते ने मैं अपनी अखां नाल वेखिया ये लोग खारजी हो गए ते नबी पाक दे सहाबा ते तलवारां इन्हां लोकां ने चलाईयां, नबी पाक दे सहाबा ते तीर इन्हां लोकां ने चलाए। नहरवाम की जंग बिच फरमाते ने मैं अपनी अखां नाल वेखिया है ये खारजियां नाल रल गए, नबी पाक दे यारां ते तलवारां चलाण लग पए, नबी पाक दे यारां ते तीर बरसाण लग पए, नबी पाक दे सहाबा दे मुखालिफ बन गए। हज़राते दी वकार की समझ विच आया जिन्हें नबी पाक दा अल्लाह दा जिक्र करना है उन्हूं चाहीदा है तरीका भी अल्लाह पाक दा होना चाहीदा है, कोड़ों तरीका नहीं चल सकदा। अल्लाह अल्लाह मैं कुर्बान जावां।